वाहेगुरु जी का खालसा वाहेगुरु जी की फतेह। सवेर का टाइम है जी। अपने नहीं धनिया लिया चटनी कुटांगे, हरा धनिया ते प्याज बहुत वधिया रहिंदे जी गर्मियों च, धनिया ठंडा हुंदा ये मारांगे। तो पहला आपां मधाणी लाया जी, जिवें सवेरे रोज मधाणी लाते हैं। ये अपने मलाइया जो क्रीम पता जो पा लिया, कुवारी वाले दुध की क्रीम ते दही। मधाणी ला देंगे जी, मक्खन आजूगा चटनी नाल, मक्खन बहुत वधिया लगता है। इधर मधाणी चली जाऊगी जी, धनिया मारा जाऊगा। ये अपने आलू रहे हैं जी, आलू उबालेंगे, आलू आलू वाली रोटी तारेंगे जी, नाल चटनी कुट लेंगे। सिंपल रोटी भी तार देंगे, जिन्हें सिंपल खाने सिंपल खा लूंगा जी, आलू वाली खाने में आलू वाली। दो काम हो जाएंगे, इधर आलू उबल जाएंगे जी। चाह सारे ने पी ली, गुरुद्वारा साहब जाया है जी, घर आके टीवी च बाणी सुन रहे ने। प्याज भी दे, ये प्याज लिया जी, प्याज कट लेंगे। तो हवा भी बहुत सोहनी चल रही है, बदल जहा होया हुआ है। दरख्त का फायदा ही बहुत है जी, देखो हूँ झाड़ू लाया सीगा, आ देखो किन्ने पत्ते फिर आ गए दोबारा वेहड़े च भी, तो मंजा भी भर गया। हवा आई थोड़ी जी, हवा चल रही है जी, मौसम जहा थोड़ा जहा लगता बदल जी भी है। मक्खन तो चाहे आलू वाली रोटी नाल खा लो, सिंपल रोटी नाल खा लो, बहुत वधिया लगता है। दही भी जमाया हुआ जी, जिवें आपां दही नूं दिल करदा दही नाल खा लो, मक्खन नाल खा लो जी। कुछ दही आपां ने क्रीम च पा लिया, लस्सी बन जूगी। उधर मझां का भी निबड़ गया जी, कल लाइट का कट लग गया सीगा, अज हुण सज गई मझां नवा दी जी, आपू पाते जी, अपना पानी पूनी टैंकियां भर लिया जी। कई बार कट लग जाता है फिर लाइट नहीं आती, लोड भी बहुत है जी बिजली से, सारा कुछ चल रहा बिजली से। चलो ठीक है जी, हाँ धनिया समार लेंगे, उधर देखते हैं मक्खन भी आ गया हूँ, ये प्याज कट के फिर देखते। इधर मक्खन आ गया जी, मधाणी बंद कर देंगे। यदि मौज आई छोटी मधाणी, जिम्मे थोड़ा ही दुध होंगे गर्मियों च, यही ला लेंगे क्रीम ते दही पा के। हाँ देखो कितना सोहना मक्खन आया।
ਨਾਲੇ ਜਿਹੜੀ ਦੁੱਧ ਤੋਂ ਕਰੀਮ ਉਤਰਦੀ ਹੈ ਜੀ ਸਵਾਰੀ ਵਾਲੇ ਤੋਂ ਉਹ ਸਭ ਵੀ ਚੱਲਦੀ ਹੈ ਉਹਦਾ ਮੱਖਣ ਬਣ ਜਾਂਦਾ ਹੈ ਦਹੀਂ ਦਾ ਥੋੜਾ ਬਹੁਤਾ ਦਹੀਂ ਹੁੰਦਾ ਉਹ ਪਾ ਦਿੰਦੇ ਹੈ ਜੀ ਲੱਸੀ ਵੀ ਬਣ ਜਾਂਦੀ ਹੈ ਕਈ ਕੰਮ ਹੋ ਜਾਂਦੇ ਮੱਖਣ ਵੀ ਖਾਣ ਦੇ ਕੰਮ ਆ ਜਾਂਦਾ ਜਿਵੇਂ ਕਰੀਮ ਤੋਂ ਪੁੱਤਰ ਆਪਣੀ ਬਦਲਾ ਲੂ ਵੀ ਉੱਬੜਨ ਵਾਲੇ ਨੇ ਜੀ ਵਿਚਲ ਵੱਜ ਜੂਗੀ ਜੀ ਕਰੀਮਾਂ ਦਾ ਹੀ ਮੱਖਣ ਬਹੁਤ ਹੋ ਜਾਂਦਾ ਜੀ ਕਰੀਮ ਜਿਹੜੀ ਆਪਾਂ ਪਾਉਂਦੇ ਹਾਂ ਉਹਦਾ ਹੀ ਮੱਖਣ ਹੁੰਦਾ ਦਹੀਂ ਜਦੋਂ ਥੋੜ੍ਹਾ ਹੀ ਨਿਕਲਦਾ ਇਹ ਮੱਖਣ ਬਣ ਗਿਆ ਜੀ ਵਾਧੂ ਆਪਣੇ ਕੋਲ ਕੋਲਾ ਭਰ ਗਿਆ ਕੁਛ ਖਾ ਲਾਂਗੇ ਕੁਛ ਇਹਦਾ ਘੀ ਤਿਆਰ ਕਰ ਲਾਂਗੇ ਦੇਸੀ ਘਿਓ ਉੱਧਰ ਲੱਸੀ ਦਾ ਗੜਬਾ ਭਰ ਗਿਆ ਜੀ ਚਲੋ ਠੀਕ ਹੈ ਜੀ ਆਟਾ ਵੀ ਗੁੰਨ ਕੇ ਰੱਖਦਾ ਜੀ ਹੁਣ ਨਾਲ ਦੀ ਨਾਲ ਕੜੀ ਮਰ ਜੂਗੀ ਆਟੇ ਦੀ ਇੰਨੇ ਆਲੂ ਉੱਬਲਣਗੇ ਤੇ ਚਟਨੀ ਬਣੂਗੀ ਤੇ ਆਟੇ ਦੀ ਕੜੀ ਵੀ ਮਰ ਜੂਗੀ ਇੱਕ ਦੋ ਵਿਸਲ ਹੋਰ ਵੱਜ ਗਏ ਆਲੂ ਐਨ ਹੋ ਜਾਣਗੇ ਚਟਣੀ ਕੁੱਟ ਕੇ ਆਲੂ ਛਿੱਲਾਂਗੇ ਤੇ ਫਿਰ ਆਲੂ ਵਾਲੀ ਰੋਟੀ ਬਣਾਵਾਂਗੇ ਸਿੰਪਲ ਵੀ ਬਣਾ ਲਾਂਗੇ ਜਿਹਨੇ ਸਿੰਪਲ ਖਾਣੀ ਹੋਈ ਚਟਨੀ ਨਾਲ ਸਿੰਪਲ ਖਾ ਲੈਣਗੇ ਪਹਿਲਾਂ ਗੁੰਨ ਕੇ ਆਟਾ ਰੱਖ ਦਈਏ 10-15 ਮਿੰਟ ਪ੍ਰਸ਼ਾਦਾ ਬਹੁਤ ਵਧੀਆ ਹੁੰਦਾ ਜੀ ਜੇ ਤੁਰਤ ਗੁੰਨਦੇ ਆ ਫਿਰ ਫੁਲਕਾ ਵਧੀਆ ਨਹੀਂ ਆਉਂਦਾ ਹੁਣ ਇਹ ਆਪਾਂ ਨੇ ਗੁੰਨਤਾ ਪਾ ਕੇ ਰੱਖ ਦਾਂਗੇ ਡੱਬੂ 'ਚ ਇਹ ਸਮਾਨ ਜ਼ਿਆਦਾ ਹੋ ਗਿਆ ਜੀ ਅੰਬੀ ਲੈ ਲਈ ਹਰੀ ਮਿਰਚ ਪਿਆਜ ਇੱਧਰ ਪਿਆਜ ਕੱਟ ਲਿਆ ਜੀ ਕੱਚੀ ਅੰਬੀ ਕੱਟ ਲਈ ਇਹ ਹਰੀਆਂ ਮਿਰਚਾਂ ਲੈ ਲਈਆਂ ਜੀ ਅਤੇ ਇਹ ਜ਼ਿਆਦਾ ਹੋ ਗਿਆ ਜੀ ਆਪਾਂ ਜੇ ਕੁੰਡੀ 'ਚ ਕੁੱਟਾਂਗੇ ਬਾਹਰ ਹੀ ਗਿਰੀ ਜਾਊਗਾ ਹੁਣ ਇਹ 'ਚ ਛੇਤੀ ਹੋ ਜੂਗਾ ਮਿਕਸੀ 'ਚ ਪਾ ਲਾਂਗੇ ਨਾਲ ਹੀ ਪਾ ਲਾਂਗੇ ਧਨੀਆ ਇਹ ਸਮਾਰ ਕੇ ਧੋ ਲਿਆ ਧਨੀਆ ਕੁੱਟੀ ਮੁੱਟੀ ਲੱਗੀ ਹੁੰਦੀ ਹੈ ਥੋੜਾ ਜਿਹਾ ਮਿੱਠਾ ਪਾ ਲਾਂਗੇ ਥੋੜਾ ਜਿਹਾ ਨਮਕ ਪਾ ਲਾਂਗੇ ਖੱਟੀ ਮਿੱਠੀ ਜੀ ਬਣ ਜਾਊਗੀ ਇੱਕ ਚਮਚ ਨਮਕ ਦਾ ਪਾ ਲਾਂਗੇ ਜੀ ਹਰੀਆਂ ਮਿਰਚਾਂ ਪਾ ਲਈਆਂ ਤੇ ਥੋੜ੍ਹੀ ਜਿਹੀ ਚੀਨੀ ਪਾ ਲਾਂਗੇ ਆ ਦੇਖੋ ਚਟਣੀ ਬਣ ਕੇ ਤਿਆਰ ਹੈ ਇੱਧਰ ਆਲੂ ਛਿੱਲ ਵਾਲੇ ਹੋਏ ਨਾ ਛਿੱਲਾਂਗੇ ਭੰਨ ਲਾਂਗੇ ਲੂਣ ਮਿਰਚ ਰਲਾ ਲਾਂਗੇ
ਚਟਣੀ ਬਣ ਗਈ। ਕੁੰਡੀ ਚ ਤਾਂ ਤਿੜਕੀ ਜਾਂਦੀ ਬਾਹਰ ਬਹੁਤ ਜ਼ਿਆਦਾ ਹੋ ਗਈ ਸੀਗੀ, ਕੋਲਾ ਭਰ ਗਿਆ। ਚਲੋ ਠੀਕ ਹੈ ਜੀ, ਹੁਣ ਆਲੂ ਨੂੰ ਛਿੱਲ ਕੇ ਫਿਰ ਰੋਟੀ ਬਣਾਉਂਦੇ ਦਿਖਾਵਾਂਗੇ। ਇਹ ਆਪਾਂ ਨੇ ਆਲੂ ਪਾ ਲਿਆ ਜੀ ਪ੍ਰਸ਼ਾਦੇ ਚ, ਘਿਓ ਲਾ ਦਾਂਗੇ। ਇੱਧਰ ਚਾਹ ਧਰੀ ਹੋਈ ਹੈ ਜੀ, ਚਾਹ ਰਿੱਝਣ ਲੱਗ ਗਈ। ਆਹ ਦੇਖੋ ਚਾਹ ਨਾਲ ਖਾਣੀ ਤਾਂ ਚਾਹ ਨਾਲ ਖਾ ਲੈਣਗੇ ਜੀ, ਲੱਸੀ ਨਾਲ, ਲੱਸੀ ਨਾਲ ਮੱਖਣ ਦਹੀਂ। ਮੰਮੀ ਨਹਾ ਰਹੇ ਨੇ ਜੀ, ਉਹ ਤੋਂ ਬਾਅਦ ਪ੍ਰਸ਼ਾਦਾ ਛੱਡਣਗੇ। ਇੱਕ ਪ੍ਰਸ਼ਾਦਾ ਆਪਣਾ ਉਤਰ ਗਿਆ, ਦੂਜੇ ਚ ਪਾ ਲਾਂਗੇ। ਚਲੋ ਠੀਕ ਹੈ ਜੀ, ਅਸੀਂ ਬਣਾ ਲਾਂਗੇ, ਮੰਮੀ ਛੱਕ ਲੈਣਗੇ ਨਹਾ ਕੇ ਆ ਕੇ, ਉਤਰ ਗਈਆਂ ਗਰਮ ਗਰਮ, ਸਾਰੇ ਜਿਹੜੇ ਖਾ ਲੈਣਗੇ। ਪਰਮਾਤਮਾ ਸਭ ਦਾ ਭਲਾ ਕਰੇ, ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ। ਅਗਲੀ ਵੀਡੀਓ ਚ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।